ਅਵੀ ਗੁੱਡ ਮਾਰਨਿੰਗ ਸਾਰਿਆਂ ਨੂੰ। ਅੱਜ ਨਾ ਠੰਡ ਬਹੁਤ ਆ, ਇੱਕਦਮ ਹੀ ਜ਼ਿਆਦੀ ਹੋ ਗਈ ਠੰਡ, ਅਤੇ ਉਹਦੀਆਂ ਨੇਰੀ ਦੀਆਂ ਹੱਡੀਆਂ ਸੁੱਤਾ ਨੇਰੀ ਜੀ ਆ ਸੁੱਤੇ ਹੈ। चलो भी आ जा, तेरा रोटी पानी आ गया जी। इन्होंने पाइया चार हड्डियां ठंड धूनी बल गए पूरी गल मन अकल सिखाउणी चाहीदी आ। न्याणे भी कई ना करदे आ ना इदां, उहनां नूं सिखाउणा चाहीदा, उहनां दे मां प्यो नूं इदां ही कुत्तियां दा, कुत्तियां नूं भी जदों रोटी पाणी पाओ सिखाउणा चाहीदा। आपां पता की करदे आ ਚੌਂਕੇ 'ਚ ਨਹੀਂ, ਉਹ ਜਿਹੜਾ ਨਹੀਂ ਉਹ ਪਿਆ ਉਹਦੇ ਰੋਟੀਆਂ ਪਕਾਉਣ ਵਾਲੇ ਨਾਲੇ, ਉਹ 'ਚ ਰੋਟੀਆਂ ਪਕਾਉਂਦੇ ਆ ਤੰਦੂਰ 'ਚ। ਆਹ ਤੰਦੂਰ 'ਚ ਬਣਾਉਂਦੇ ਆ, ਤੰਦੂਰ 'ਚ ਉਹ ਇਹਨੂੰ ਕਿਤੇ ਲੈ ਜਾਈਏ ਸਾਈਡ 'ਤੇ, ਹੈ ਨਾ, ਇਹ 'ਚ ਬਾਲਦੇ ਹਾਂ। ਆ ਇਹਨੂੰ ਗੇਟ ਖੁੱਲ੍ਹਾ ਮਿਲ ਜਾਵੇ ਫਿਰ ਬਾਹਰ ਚੱਲ ਜਾਂਦਾ, ਬਾਹਰ ਕਰਕੇ ਆਇਆ ਵਾ ਇਹਨੂੰ। ਸਿਆਣਾ ਡੋਗੀ ਆ, ਸਿਆਣਾ। ਆ ਜਾ ਵੀ, ਆ ਜਾ ਆ ਜਾ, ਤੇਰੇ ਹੀ ਇਹ ਕੱਪੜੇ ਪਾ ਦਈਏ, ਤੇਰੇ ਠੰਡ ਨਹੀਂ ਲੱਗਦੀ। ਅੱਜ 3 ਜਾਂ 4 ਦਿਨਾਂ ਬਾਅਦ ਅੱਜ ਧੁੱਪ ਨਿਕਲੀ ਆ, ਅਤੇ ਮੈਂ ਚੱਲਿਆ ਸੀਗਾ ਆਪਣੀ ਜੀਪ ਵੱਲੋਂ, ਅੱਜ ਨਾ ਪੇਂਟ ਕਰਵਾਉਣਾ ਥੱਲੇ, ਧੁੱਪ ਨਿਕਲੀ ਆ ਨਾ ਤਾਂ ਕਰਵਾਉਣ ਲੱਗੇ ਹਾਂ। ਅਤੇ ਮਾਈ ਬੇਗਮ ਸਾਹਿਬਾ ਵਾਟਰ ਗਰਮ ਕਰਕੇ ਲਿਆ ਕੇ ਮੈਨੂੰ ਦੇਣ ਲੱਗੀ ਆ, ਗਰਮ ਰੱਖਦਾ ਹੁੰਦਾ ਮੈਂ ਪਾਣੀ ਨਾਲ। ਆਓ ਜੀ ਲਿਆਓ ਜੀ ਲਿਆਓ, ਕੱਚ ਵਾਲੀ ਬੋਤਲ ਨਾਲੇ। ਆਹੋ ਕੱਚ ਵਾਲੀ ਬੋਤਲ, ਪਲਾਸਟਿਕ ਵਾਲੀ 'ਚ ਪਾਣੀ ਨਹੀਂ ਪੀਣਾ ਚਾਹੀਦਾ, ਐਮਰਜੈਂਸੀ 'ਚ ਪੀ ਲਵੇ ਬੰਦਾ, ਉੱਦਾਂ ਨਹੀਂ, ਉੱਦਾਂ ਕੱਚ ਵਾਲੀ 'ਚ ਪੀਣਾ ਚਾਹੀਦਾ। ਜਾਂ ਉਹ ਕਹਿੰਦੀ ਆ ਤਾਂਬੇ ਦੀ ਆਉਂਦੀ ਆ, ਪਿੱਤਲ ਦੀ 'ਚ ਵੀ ਪੀ ਸਕਦੇ ਹਾਂ, ਸਟੀਲ ਦੀ 'ਚ ਵੀ ਪੀ ਸਕਦੇ ਆ, ਪਲਾਸਟਿਕ 'ਚ ਨਹੀਂ। ਇਹਦਾ ਢੱਕਣ ਵੀ ਨਾ ਕੱਚ ਦਾ ਹੀ ਹੋਣਾ ਚਾਹੀਦਾ ਸੀ, ਢੱਕਣ ਇਹਨਾਂ ਨੇ ਪਲਾਸਟਿਕ ਦਾ ਦੇ ਦਿੱਤਾ। ਹਾਂ ਢੱਕਣ ਕਲਪਾ ਕਲੱਚ ਦਾ ਦੇ ਦਿੰਦੇ ਨਾ, ਉਹ ਇਹਨੂੰ ਮੈਂ ਹੁਣ ਜਦੋਂ ਟੂਰ 'ਤੇ ਗਿਆ ਨਾ ਬਾਹਰ ਕਿਸੇ ਕੰਟਰੀ 'ਚ, ਉੱਥੋਂ ਮੈਂ ਲੈ ਕੇ ਆਊਂ। ਉੱਧਰ ਵੀ ਦੇਖ ਲਿਆ, ਢੱਕਣ ਨਹੀਂ ਕੱਚ ਦੇ ਆਉਣੇ। ਕੀ ਚੀਜ਼ ਆ ਪਾਣੀ ਦੇਖ ਲਓ, ਵਿੱਚ ਦਿਖਦਾ ਕਿੱਦਾਂ ਉਹ ਭੱਜੀਆਂ ਫਿਰਦੀਆਂ, ਉਹ ਬੁਲਬਲੇ ਜਿਹੇ ਨਿੱਕੇ 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 ਨਿੱਕੇ, ਹੈ ਨਾ, ਨੇਰੀ ਸੁੱਤਾ ਹੋਇਆ ਆ ਮੈਟ ਦੇ ਉੱਤੇ, ਇਹ ਉੱਥੇ ਹੀ ਸੌਂਦਾ ਜਿਹੜਾ ਧੁੱਪ ਆ ਜਾਂਦੀ ਆ ਨਾ, ਉੱਥੇ ਲੰਮਾ ਪੈ ਜਾਂਦਾ ਆ। ਉੱਥੇ ਥੱਲੇ ਨਹੀਂ ਬਹਿੰਦਾ, ਇੱਧਰ ਨਹੀਂ ਬਹਿੰਦਾ, ਇੱਥੇ ਹੀ ਬਹਿੰਦਾ ਇਹ। ਅਤੇ ਅੱਜ ਕਿੰਨੇ ਦਿਨਾਂ ਬਾਅਦ ਜੀਪ ਨੂੰ ਅੱਜ ਰੰਗ ਮਾਰਨਾ ਆ, ਕਿੰਨੇ ਦਿਨਾਂ ਦਾ ਮੈਂ ਕਰਵਾ ਕੇ ਰੱਖਿਆ। ਇੱਕ ਬਸ ਚੈਸੀ ਦਾ ਰੰਗ ਜਿਹੜਾ ਨਾ ਉਹ ਲੈ ਕੇ ਜਾਣਾ, ਨਾਲ ਬਲੈਕ ਉਹ ਵੀ ਵਧੀਆ ਲੈ ਕੇ ਜਾਣਾ ਆ। ਇੱਕ ਚੱਕਣੀ ਆ ਉਹ ਗੰਨ ਜਿਹਦੇ ਨਾਲ ਆਪਾਂ ਨਾ ਕੋਟਿੰਗ ਮਾਰਨੀ ਆ, ਇੱਕ ਉਹ ਚੱਕਣੀ ਆ ਹੁਣ ਮੈਂ। ਓਕੇ ਜੀ, ਫਿਰ ਨਹੀਂ ਉਹ ਨਹੀਂ, ਉਹ ਸਪੈਸ਼ਲ ਹੁੰਦੀ ਆ, ਹੁਣ ਫਿਰ ਮੈਨੂੰ ਨਵੀਂ ਲੈਣੀ ਪੈਣੀ, ਉੱਥੋਂ 1,000-1,500 ਰੁਪਈਆ ਫਿਰ ਖਰਚਣਾ ਪੈਣਾ। ਨੇਰੀ ਤੋਂ ਲੁਕ ਲੁਕ ਕੇ ਬਾਹਰ ਨਿਕਲੀ ਤਾਂ ਪਾਵੀ ਆ ਹੀ ਜਾਂਦਾ, ਫਿਰ ਆ ਗਿਆ। ਸਾਹਮਣੇ ਆਪਣੇ ਪੇਂਟਰ ਭਰਾ ਦੀ ਦੁਕਾਨ ਆ, ਇਹ ਆ ਗਿਆ ਪ੍ਰਾਈਮਰ, ਕੀ ਨਾਂ ਕੀ ਸੀ ਇਹਦਾ, ਨੈਕਸ
ਭਰਾ ਮੇਰੇ ਜਿਥੋਂ ਅਸੀਂ ਇਹਨਾਂ ਕੋਲ ਗੰਨ ਹੈ ਨੀ ਆ ਉਹ ਗੰਨ ਅਸੀਂ ਸ਼ਹਿਰੋਂ ਚੱਕਣੀ ਆ ਉੱਥੇ ਨਾਲੇ ਦੇਖ ਲੂਗੇ ਇਹ ਵੀ ਉਹ ਬੋਤਲ ਜਿਹੜੀਆਂ ਨਾ ਕੋਟਿੰਗ ਵਾਲੀਆਂ ਉਹਨਾਂ ਨੂੰ ਲੱਗ ਜੂਗੀ ਕਿ ਨਹੀਂ ਲੱਗ ਜੂਗੀ ਸਹੀ ਆ ਕਿ ਨਹੀਂ ਸਹੀ ਆ ਹੈ ਨਾ ਮੈਨੂੰ ਦੁਬਾਰਾ ਮੇਰਾ ਚੱਕਰ ਨਾ ਪਊ ਤਾਂ ਕਰਕੇ ਨਾਲ ਚੱਲਿਆ ਮੇਰੇ ਅਤੇ ਆਉਂਦੇ ਹੋਏ ਮੈਂ ਲਾ ਜੂੰਗਾ ਇੱਥੋਂ ਫਿਰ ਮੈਂ ਸਿੱਧਾ ਨਿਕਲ ਜਾਣਾ ਉੱਧਰ ਨੂੰ ਜੀ ਪਾ ਲੂੰ ਯਾਰ ਬੜਾ ਔਖੀਆਂ ਜਿਹੀਆਂ ਬਣਾਈਆਂ ਇਹ ਪਾਣੀ ਸ਼ਾਮ ਤੱਕ ਖਤਮ ਕਰਨਾ ਮੈਂ ਸਿਆਲਾਂ ਦੇ ਹਿਸਾਬ ਨਾਲ ਸਹੀ ਆ ਪਾਣੀ ਇੰਨਾ ਗਰਮੀਆਂ 'ਚ ਇੱਦਾਂ ਦਾ 5 ਪੀਣੇ ਚਾਹੀਦੇ ਆ ਮੈਂ ਕਿਹਾ ਸਿਆਲਾਂ 'ਚ ਬੰਦਾ ਪਾਣੀ ਘੱਟ ਪੀਂਦਾ ਹੈ ਨਾ ਪੀਣਾ ਚਾਹੀਦਾ ਮੈਂ ਇਹ ਬੋਤਲ ਗੱਡੀ 'ਚ ਪਾ ਕੇ ਰੱਖ ਦਿੰਦਾ ਨਾਲ ਹੀ ਪਲਾਸਟਿਕ ਦੀ ਜਨਾ ਵੀ ਹੈਗਾ ਕੱਚ ਦੀ ਨਹੀਂ ਮੈਂ ਕੋ ਸਟੀਲ ਦੀ ਆ ਉਹ ਵਧੀਆ ਲਿਆਂਦੀ ਉਦੋਂ 800 ਦੀ ਪਈ ਦਿਵਾਲੀ ਦੇ ਕੱਤੇ ਇਕੱਠੀ ਸ਼ੋਪਿੰਗ ਕੀਤੀ ਸੀ ਉਦੋਂ ਆ ਵੀ ਆਹ ਗੰਨ ਵਾ ਜਿਹੜੀ ਜਿਹਦੇ ਨਾਲ ਨਾ ਕੋਟਿੰਗ ਹੋਣੀ ਆਪਣੀ ਗੱਡੀ ਨੂੰ ਜੀਭ ਨੂੰ ਥੱਲੇ ਇਹ ਸਪੈਸ਼ਲ ਮੰਗਾਈ ਮੈਂ ਹੁਣ ਇਹ ਉਹਦੇ ਵੱਡੀ ਦੇ ਉੱਤੇ ਵਿੱਚ ਵੜ ਕੇ ਇੱਦਾਂ ਦੂਜੀ ਜਿਹੜੀ ਆ ਸਪਰੇਅ ਹੋ ਜਾਣੀ ਉਹਦੇ ਨਾਲ ਇੱਕ ਆਹ ਲੈ ਲਿਆ ਇੱਕ ਰੰਗ ਬਣਾਉਣ ਲੱਗੇ ਆ ਹੁਣ ਭਰਾ ਬਲੈਕ ਲਾ ਜੈੱਟ ਬਲੈਕ ਦੂਜੀ ਨੂੰ ਚੈਸੀ ਨੂੰ ਉਹਦੇ ਨਾਲ ਇਹ ਆ ਵੀ ਕੱਲ੍ਹ ਨੂੰ ਜਦੋਂ ਸਾਡੇ ਨਾ ਘਰ ਪ੍ਰੈਸ਼ਰ ਆ ਜਿਹਦਾ ਮੈਂ ਗੱਡੀਆਂ ਧੋਂਦਾ ਹੁੰਦਾ ਹੈ ਨਾ ਉਹਦੇ ਨਾਲ ਵੀ ਇਹ ਆ ਰੰਗ ਲੱਥੂ ਗਾਣੀ ਐਨ ਉੱਕੇ ਰਿਪੋਰਟਰ ਹੁੰਦਾ ਮੈਟ ਬਲੈਕ ਜੈੱਟ ਬਲੈਕ ਇਹਨੂੰ ਕਹਿ ਦਿੰਦੇ ਆ ਜੈੱਟ ਬਲੈਕ ਹੀ ਕਹਿ ਦਿੰਦੇ ਮੈਟ ਮੈਟ ਬਲੈਕ ਮਸ਼ੀਨ ਦਿਖਾਉਂਦਾ ਤੁਹਾਨੂੰ ਇਹ ਜਿਹੜੀ ਪੇਂਟਰਾਂ ਦੀਆਂ ਦੁਕਾਨਾਂ 'ਚ ਹੁੰਦੀ ਨਾ ਅਗਰ ਤੋਂ ਸਾਰੇ ਡੱਬੇ ਘੁੰਮਣ ਦੇ ਆ ਸਾਰੇ ਹੀ ਹਾਲੇ ਤਾਈਂ ਮੈਂ ਵੇਖਦਾ ਹੁੰਦਾ ਸੀ ਮੈਂ ਕਹਿੰਦਾ ਪਤਾ ਨਹੀਂ ਯਾਰ ਕਾਹਦੇ ਲਈ ਆ ਮਤਲਬ ਸਵੇਰੇ ਸਵੇਰੇ ਆ ਕੇ ਇੱਕ ਨਹੀਂ ਚਲਾ ਦੇਣੀ ਕਿੰਨਾ ਚਿਰ ਚਲਾਉਣੀ ਹੁੰਦੀ ਹੈ 10-15 ਮਿੰਟ ਮਤਲਬ ਰੰਗ ਖਰਾਬ ਨਹੀਂ ਹੋਊਗਾ ਜਿੱਦਾਂ ਨਾ ਪਏ ਰੰਗ ਜੰਮ ਜਾਂਦੇ ਆ ਅਤੇ ਰੰਗ ਖਰਾਬ ਨਹੀਂ ਹੈ 5-10 ਮਿੰਟ ਸਵੇਰ ਨੂੰ ਆ ਕੇ ਚਲਾ ਦੇਣੀ ਆ ਡਾਈਆਂ ਵਾ ਹੁਣ 5-10 ਮਿੰਟ ਚਲਾਉਣੀ ਆ ਅਤੇ ਰੰਗ ਸਾਰੇ ਮਿਕਸ ਹੋ ਜਾਣੇ ਆ ਦਿਹਾੜੀ 'ਚ ਇੱਕ ਵਾਰੀ ਚਲਾਉਣੀ ਹੈ ਨਾ ਲੈ ਵੀ ਉੱਥੋਂ ਸਿੱਧਾ ਮੈਂ ਘਰ ਆ ਗਿਆ ਸੀਗਾ ਅਤੇ ਆਹ ਇਹਦੀ ਹੱਡੀ ਆ ਜਿਹੜੀ ਉੱਥੋਂ ਲੈ ਕੇ ਆਏ ਸੀਗੇ ਆਹ ਛੋਟੀਆਂ ਹੱਡੀਆਂ ਇਹਨੂੰ ਪਾਈਆਂ ਸੀ ਇਹ ਦੇਖੀ ਦੌੜਦਾ ਤੇਰੇ ਦੰਦ ਮੰਗੀ ਜਿਹੜੀ ਚੌਲੀ ਖਾ ਲਾ ਸਬਰ ਨਾਲ ਆਇਆ ਮੇਨ ਹੱਡੀ ਇਹ ਬਣੀ ਹੱਡੀਆਂ ਦੀ ਬਣੀ ਲੱਗਦੀ ਮੈਨੂੰ ਤਾਂ ਹੀ ਇਹ ਖਾ ਜਾਂਦਾ ਇਹਨੂੰ ਤੋੜ ਤੋੜ ਕੇ ਇੱਦਾਂ ਕਿੱਦਾਂ ਸਿੱਟ ਚਲਾ ਖਾ ਲਾ ਇਹਨੂੰ ਹੁਣ ਲੱਗੂਗੇ 30 ਮਿੰਟ ਹੌਲੀ ਹੌਲੀ ਖਾਊਗਾ ਬਣ ਗਿਆ ਆਪਣਾ ਮਿਕਸ ਵੈਜ ਵਾਹੀ ਧੁੰਦ ਪੈਣੀ ਸ਼ੁਰੂ ਹੋ ਗਈ ਆ ਅਤੇ ਹਨੇਰਾ ਵੀ ਹੋ ਗਿਆ ਆ ਇੱਕ ਤੁਹਾਨੂੰ ਨਾ ਖਬਰ ਦਿੰਦੇ ਹਾਂ ਹੁਣ ਅਸੀਂ ਹੁਣ ਤਾਂ ਸਬਜ਼ੀ ਮੰਡੀ ਆਏ ਸੀਗੇ ਸਬਜ਼ੀਆਂ ਲੈਣ ਸਵੇਰ ਨੂੰ ਫਿਰ ਨਿਕਲਣਾ ਹੁੰਦਾ ਆ ਸਵੇਰੇ ਵੀ ਜਦੋਂ ਘਰ ਦੇ ਕਹਿ ਦਿੰਦੇ ਸਬਜ਼ੀਆਂ ਲੈਣੀਆਂ ਆ ਉਦੋਂ ਫਿਰ ਮੈਂ ਲੇਟ ਹੋ ਜਾਂਦਾ ਤਾਂ ਕਰਕੇ ਮੈਂ ਰਾਤ ਨੂੰ ਹੀ ਅੱਜ ਹੱਲਾ ਬਦਲਤਾ ਅਸੀਂ ਨਾ ਇੱਕ ਗਾਣਾ ਕੱਢਣ ਲੱਗੇ ਹਾਂ ਹੁਣ ਅਸੀਂ ਸਬਜ਼ੀਆਂ ਛੱਡ ਕੇ ਨਾ ਘਰ ਸਿੱਧਾ ਉੱਥੇ ਜਾਣਾ ਆ ਪ੍ਰੈਕਟਿਸ ਕਰਨ ਅਤੇ ਹਫ਼ਤਾ 10 ਦਿਨ ਲੱਗਣੇ ਆ ਆਪਣਾ ਗਾਣਾ ਟਿਪ ਟੋਪ ਫਿੱਟ ਹੋ ਜਾਣਾ ਆ ਓਕੇ ਹੋ ਜਾਣਾ ਆ ਅੱਜ ਪਹਿਲਾ ਦਿਨ ਆ ਉਹ ਜਾ ਕੇ ਤੁਹਾਨੂੰ ਉੱਥੇ ਵਿਖਾਉਂਦੇ ਹਾਂ
ਅਜੇ ਮੁੰਡਾ ਲਲਕਾਰੇ ਮਾਰੂਗਾ ਉੱਥੇ ਗਾਣਾ ਲਿਖਿਆ ਵੀ ਇੰਨਾ ਹੀ ਆ ਗਾਉਣਾ ਵੀ ਇੰਨਾ ਹੀ ਆ ਅਤੇ ਗਾਣਾ ਦੇ ਜਿਹੜੀ ਵੀਡੀਓ ਹੋਣੀ ਆ ਨਾ ਉਹ 'ਚ ਸਾਰੇ ਜਾਣੇ ਹੋਣੇ ਆਪਣੇ ਬੰਦੇ ਕਿਸੇ ਨੇ ਵਿਲਨ ਬਣਨਾ ਕਿਸੇ ਨੇ ਗੁੰਡਾ ਬਣਨਾ ਕਿਸੇ ਨੇ ਐਕਟਰ ਬਣਨਾ ਲੈ ਵੀ ਪਿੰਡ ਸਲਿਮਪੁਰ ਪਹੁੰਚ ਗਿਆ ਮੈਂ ਅੱਜ ਰਾਤ ਨੂੰ ਵੱਜੂਗੇ ਬੈਂਡ ਵੱਜੇ ਤੁਸੀਂ ਦੇਖਦੇ ਕਿੱਦਾਂ ਦੀ ਪਰਫੋਰਮੈਂਸ ਦਿੰਦਾ ਅੱਜ ਉਹਦਾ ਵੀ ਅੱਜ ਪਹਿਲੀ ਵਾਰੀ ਉਹਨੇ ਰਿਕਾਰਡਿੰਗ ਕਰਾਉਣੀ ਆ ਰਿਕਾਰਡਿੰਗ ਤਾਂ ਨਹੀਂ ਕਰਾਉਣੀ ਅੱਜ ਤਾਂ ਰਿਹਰਸਲ ਹੀ ਆ ਕਹਿ ਲਓ ਬਾਹਰ ਨਾਲ ਠੰਡ ਹੀ ਬੜੀ ਆ ਤਾਂ ਕਰਕੇ ਮੈਂ ਮਫਰਲ ਹੀ ਬੰਨ ਲਿਆ ਮਫਰਲ ਦਾ ਇਹ ਆ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਟਾਈਟ ਕਰ ਸਕਦੇ ਕੰਨ ਨਹੀਂ ਦੋਦੇ ਟੋਪੀ ਪਾਈ ਸੀ ਮੈਂ ਸਵੇਰੇ ਉਹਦੇ ਨਾਲ ਸਿਰ ਵੀ ਦੁਖੀ ਜਾਵੇ ਕੰਨ ਵੀ ਦੁਖੀ ਜਾਵੇ ਹਾਰ ਕੇ ਫਿਰ ਸਿਮਰ ਨੇ ਮੈਨੂੰ ਗਿਫਟ ਕੀਤਾ ਸੀ ਆਹ ਸ਼ਹਿਰੋਂ ਲਿਆਈ ਸੀਗੀ ਇਹੀ ਬੰਨਿਆ ਫਿਰ ਮੈਂ ਡੱਬੀਆਂ ਵਾਲਾ ਲਿਆਉਂਦਾ ਉਹਦਾ ਤਾਂ ਵੀ ਵਧੀਆ ਆ ਇੱਕ ਡੱਬੀਆਂ ਵਾਲਾ ਵੀ ਲੈ ਕੇ ਆਉਂਦਾ ਵਧੀਆ ਆ ਮਹੀਨਾ ਕੁ ਸੌਖਾ ਲੰਘ ਜੂਗਾ ਟੋਪੀ ਦੇ ਨਾਲ ਵਾਲ ਦੁਖਣ ਲੱਗ ਪੈਂਦੇ ਜੇ ਟੋਪੀ ਪਾ ਕੇ ਲਾਈ ਹੈ ਨਾ ਵਾਲ ਇੱਦਾਂ ਹੁੰਦਾ ਨਾ ਜਿੱਦਾਂ ਪੱਕੇ ਜੋੜ ਦਿੱਤੇ ਹੁੰਦੇ ਗੂੰਦ ਦੇ ਨਾਲ ਕਿੱਦਾਂ ਨੇਰੀ ਰੋਟੀ ਖਾ ਲਈ ਆ ਲੈ ਵੀ ਆਹ ਚੀਜ਼ ਆ ਜਿਹੜੀ ਇਹ ਮੈਂ ਲੈ ਕੇ ਚੱਲਾਂ ਹੁਣ ਨਾਲ ਇਹ ਆਪਾਂ ਖਵਾਉਣੀ ਧੂਤੀ ਨੂੰ ਕਦ ਖਵਾਉਣੀ ਉੱਥੇ ਜਾ ਕੇ ਦੱਸਦਾ ਓਕੇ ਫਿਰ ਬਾਏ ਬਾਏ ਤੈਨੂੰ ਵੀ ਲਵਾਂਗੇ ਗਾਣੇ ਦੇ ਵਿੱਚ ਠੀਕ ਆ ਓ ਨੇਰੀ ਤੂੰ ਵੀ ਆਊਂ ਗਾਣੇ ਦੇ ਵਿੱਚ ਠੀਕ ਆ ਠੀਕ ਆ ਓਕੇ ਬਾਏ ਬਾਏ ਵੀ ਖਾ ਲਵਾਂ ਕਿਤੇ ਮੈਨੂੰ ਵੀ ਇੱਕ ਲਾਉਣੀ ਪੈ ਗਈ ਮੈਂ ਵੀ ਲਾ ਦੂੰਗਾ ਮਾੜੀ ਆਹੋ ਗੰਦ ਵਾ ਇਹ ਮੈਂ ਲਿਆਉਂਦਾ ਹੁੰਦਾ ਆ ਪਹਿਲਾਂ ਕਿੰਨੀ ਲਿਆ ਕੇ ਰੱਖੀ ਖਾ ਖੂ ਲਈ ਇਹ ਮੈਂ ਕਿੰਨਾ ਵੀ ਨਹੀਂ ਉਹ ਚੱਲਾ ਇਹਨੂੰ ਲਿਆਂਦੀ ਇਹਨੂੰ ਹੁਣ ਮੈਨੂੰ ਚੇਤਾ ਆਇਆ ਅੱਜ ਜਦੋਂ ਆਪਾਂ ਹੁੰਦੇ ਸੀਗੇ ਅਤੇ ਉੱਦਾਂ ਵੀ ਖਾਣੀ ਚਾਹੀਦੀ ਗਲਾ ਸਾਫ਼ ਰਹਿੰਦਾ ਮਿਸ਼ਰੀ ਇਲਾਚੀਆਂ ਸੌਂਫ ਖਾਣੀ ਇਹੋ ਹੀ ਚਾਹੀਦੀ ਢੇਲੇ ਵਾਲੀ ਇਹ 'ਚ ਇਹ ਹੋਰ ਹਿਸਾਬ ਦੀ ਹੁੰਦੀ ਨਾ ਦੇਸੀ ਹੁੰਦੀ ਹੈ 'ਚ ਕੋਈ ਕੈਮੀਕਲ ਨਹੀਂ ਟਿਕਾਣੇ 'ਤੇ ਪਹੁੰਚ ਗਏ ਅਸੀਂ ਅਤੇ ਨਾ ਅਜੇ ਬਾਤਚੀਤ ਚੱਲਣ ਦੇ ਹੀ ਆ ਜਿਹੜਾ ਮਿਊਜ਼ਿਕ ਕਰਨਾ ਨਾ ਇਹ ਭਰਾ ਦੋਵੇਂ ਇਹਨਾਂ ਨੇ ਸਾਰਾ ਏ ਟੂ ਜੈੱਡ ਆਪਣਾ ਕਰਨਾ ਆ ਉਹ ਪਿੱਛੇ ਇਹਨਾਂ ਦਾ ਮਿਊਜ਼ਿਕ ਆ ਨਾਮ ਆ ਸਟੂਡੀਓ ਦਾ ਅਜੇ ਤਾਂ ਇਹ ਵੀ ਆਪਣੇ ਵਾਂਗੂ ਇਹਨਾਂ ਨੇ ਵੀ ਸਟਾਰਟ ਕੀਤਾ ਤਾਂ ਇਹਨਾਂ ਨੇ ਗਾਣੇ ਕੱਢੇ ਆ ਥੋੜ੍ਹੇ ਜਿਹੇ ਆਪਣੀ ਵੀ ਅਸਲ ਅਸਲ ਕਰਦੇ ਆ ਅਤੇ ਆਪਣੇ ਗਾਇਕ ਸਾਹਿਬ ਇੱਧਰ ਬੈਠੇ ਆ ਮਿਸ਼ਰੀ ਮਿਸ਼ਰੀ ਖਾ ਕੇ ਅਤੇ ਇੱਧਰ ਮਾਈਕ ਲੱਗਾ ਇੱਥੇ ਗਾਉਣਾ ਆ ਹੁਣ ਅਤੇ ਨਾਲ ਮੈਂ ਵੀ ਮਾੜਾ ਜਿਹਾ ਪੜ੍ਹਨ ਦਿਆਂ ਮੈਂ ਵੀ ਇੱਕ ਦੋ ਹੇਕਾਂ ਲਾ ਕੇ ਵੇਖੂੰਗਾ ਜੇ ਗੱਲ ਬਣ ਗਈ ਫਿਰ ਆਪਾਂ ਲਾ ਲਾਂਗੇ ਇੱਕ ਦੋ ਹੇਕਾਂ ਅਤੇ ਇੱਕ ਦੋ ਵਿੱਚ ਡਾਇਲੋਗ ਵੀ ਮਾਰਨੇ ਆਪਾਂ ਖੋਣਾ ਬੈਠਾ ਤੈਨੂੰ ਕਿਤੇ ਡਰੀ ਬੈਠਾ ਆ ਪਤਾ ਨੀ ਮੈਂ ਖੁਦ ਨੂੰ ਕੀ ਕਰੀ ਬੈਠਾ ਆ ਚੰਗਾ ਵੀ ਨਾ ਲੱਗੇ ਹੁਣ ਕੁਝ ਆਸੇ ਪਾਸੇ ਸਭ ਕੁਝ ਆਪਣਾ ਮੈਂ ਹਰੀ ਬੈਠਾ ਆ ਮੈਨੂੰ ਨਾਮ ਮੇਰਾ ਲੈ ਕੇ ਤੂੰ ਬੁਲਾਉਂਦੀ ਕਿਉਂ ਨਹੀਂ ਬੋਲਦਾ ਆ ਬੁਲਾਉਂਦੀ ਕਿਉਂ ਨਹੀਂ ਮਾਰਦਾ ਆਵਾਜ਼ਾਂ ਤੈਨੂੰ ਆਉਂਦੀ ਕਿਉਂ ਨਹੀਂ ਇੱਕ ਸ਼ਾਇਰ ਜਦੋਂ ਆਪਣੀ ਉਹਨੂੰ ਬੁਲਾਉਣ ਲਈ ਗੱਲ ਕਰਦਾ ਨਾ ਹੈਨਾ ਕੀ ਕਹਿੰਦਾ ਹਾਂ ਮੇਰੀ ਕਾਪੀ ਸੁਣੀ ਪਈ ਹੈ ਕਰੀ ਆ ਜਾ ਪਰੀਏ ਆ ਜਾ ਦੇ ਕੇ ਪਿਆਰ ਵਾਲੀ ਗੱਲਾਂ ਕਰੀਏ ਐਵੇਂ ਦੁਨੀਆਂ ਤੂੰ ਆਪਾਂ ਕੀ ਲੈਣਾ ਏ ਪਿਆਰ ਜੇ ਤੂੰ ਆਪਣਾ ਨਾ ਕਦੇ ਹਰੀਏ ਮੇਰੀ ਤਰਜ਼ਾਂ ਦੇ ਵਿੱਚ ਹੁਣ ਗਾਉਂਦੀ ਕਿਉਂ ਨਹੀਂ ਤਾਂ ਕੀ ਇੱਧਰ ਕਰ ਹਾਂਜੀ ਇਹਨਾਂ ਨੂੰ ਉਹ ਨਾ ਇੱਕ ਚੱਕਰ ਵਾਲਾ ਇਹਨਾਂ ਕੋਲ ਹੈ ਨਹੀਂ ਇਹ ਉਦਾਂ ਤੁਸੀਂ ਕਰੀ ਕਰੀ ਜਾਂਦੇ ਆ ਅਜੇ ਲੁਕੇ ਹੋਏ ਆ ਇਹ ਹਨਾ ਟੈਲੈਂਟ ਬਹੁਤ ਆ ਇੱਕ ਇੱਕਦਮ ਹੀ ਜਿੱਦਾਂ ਕਿਤੇ ਚੱਲ ਗਿਆ ਨਾ ਇੱਕਦਮ ਹੀ ਹੋ ਜਾਣਾ ਤਾਂ ਬਿਲਕੁਲ ਬਿਲਕੁਲ ਨਹੀਂ ਮਿਹਨਤ ਵੀ ਆ ਭਾਈ ਇਹ ਨਹੀਂ ਕਿ ਕੁਝ ਆਉਂਦਾ ਜਾਂਦਾ ਵੀ ਨਹੀਂ ਸਾਰਾ ਕੁਝ ਆਉਂਦਾ ਟੈਲੈਂਟ ਬਹੁਤ ਆ ਪੂਰੀ ਯਾਰ ਇਹ ਚੀਜ਼ਾਂ ਤਾਂ ਹੀ ਗਰੋ ਹੁੰਦੀਆਂ ਆ ਜੇ ਬੰਦਾ ਬਹਿ ਕੇ ਨਾ ਪੂਰੀ ਰੂਹ ਨਾਲ ਇਹਨਾਂ ਤੇ ਕੰਮ ਕਰੇ ਫੇਰ ਬੰਦੇ ਨੂੰ ਮਿਹਨਤ ਦਾ ਫਲ ਮਿਲਦਾ ਹੀ ਮਿਲਦਾ ਭਾਵੇਂ ਸਾਲ ਬਾਅਦ ਮਿਲੇ ਭਾਵੇਂ ਮਿਹਨਤ ਕਰਕੇ ਜੇ ਅੱਗੇ ਗਏ ਤੁਸੀਂ ਚੱਲਣਾ ਵੀ ਬਹੁਤ ਆ ਇਹ ਤਾਂ ਦੱਸਦਾ ਹਾਂਜੀ ਹਾਂਜੀ ਸਹੀ ਗੱਲ ਲੋਕੀ ਐਵੇਂ ਗਾਈ ਜਾਂਦੇ ਤੁਹਾਨੂੰ ਤਾਂ ਬਹੁਤ ਆਉਂਦਾ ਯਾਰ Thank you.
ਰਾਤਾਂ ਨੇਰੀਆਂ ਚ ਘੁੰਮਣ ਦੇ ਅਸੀਂ ਬਾਹਰ ਅੱਜ ਧੁੰਦ ਘੱਟ ਪਈ ਲੱਗਦੀ ਮੈਨੂੰ ਹਨਾ ਨਹੀਂ 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 ਆਪਣੇ ਇਥੇ ਘੱਟ ਪੈਂਦੀ ਹੈ ਨਾ ਜਦੋਂ ਬਾਹਰ ਨੂੰ ਨਿਕਲੀ ਰੋਡ ਤੇ ਯਾਰ ਪੈਂਦੀ ਭਾਜੀ ਹਾਈਵੇ ਤੇ ਗਾਣਾ ਕਰਾਤਾ ਹਜੇ ਆਪਾਂ ਸ਼ੁਰੂ ਹਜੇ ਰਿਕਾਰਡ ਨਹੀਂ ਆਇਆ ਹਜੇ ਰਿਹਰਸਲ ਚੱਲਣ ਦੇ ਹੀ ਹੈ ਛੇਤੀ ਗਾਣਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਓਕੇ ਫਿਰ ਬਾਈ ਬਾਈ ਟਾਟਾ ਹੈ ਜਾ ਕੇ ਰਿਹਰਸਲ ਰਿਹਰਸਲ ਕਰੀ ਹੈ ਰਾਤ ਨੂੰ ਗਰਾਰੇ ਗਰੂਰੇ ਕਰਿਆ ਕਰ ਪਾਣੀ ਦੇ ਸੁੱਤੇ ਪਏ ਹੋਣੇ ਆ ਕੋਈ ਨਹੀਂ ਠਾਲਦੇ ਨਹੀਂ ਮੈਂ ਅੱਗੇ ਆਵਾਂ ਆ ਜਾ ਪਤਾ ਲੱਗ ਜੂਗਾ ਕਿ ਗਾਇਕ ਉੱਠਣ ਲੱਗਾ ਹੁਣ ਸਲਿੰਪਰ ਦਾ ਚਲੋ ਠੀਕ ਹੈ ਮੈਨੂੰ ਕਰ ਦਿਓ ਮੈਂ ਵੀ ਦੇਖੋ ਉਸ ਹਿਸਾਬ ਮੈਨੂੰ ਉਹ ਭੇਜ ਵੀ ਦਮੀ ਆ ਠੀਕ ਹੈ ਬੈਸਟ ਆਫ ਲੱਕ ਮੈਨੂੰ ਵੀ ਭੇਜ ਦਿਓ ਗਾਣਾ ਜਿਹੜਾ ਲਿਖਿਆ ਤੁਸੀਂ ਮੈਨੂੰ ਕਾਲ ਕਰ ਦਿਓ ਆਹੀ ਵਾਲਾ ਤੁਹਾਨੂੰ ਤੁਹਾਡੇ ਫੋਨ 'ਤੇ ਭੇਜਿਆ ਮੈਂ ਹਾਂ ਓਕੇ ਇਹਦਾ ਨੰਬਰ ਲੈ ਲਿਆ ਹਾਂ ਭਾਈ ਨੂੰ ਮੈਸੇਜ ਕਰ ਦੂੰਗਾ ਮੈਂ ਓਕੇ ਡਨ ਤੁਸੀਂ ਮੈਸੇਜ ਕਰ ਦਿਓ ਮੈਂ ਤੁਹਾਨੂੰ ਭੇਜ ਦੂੰਗਾ ਆਡੀਓ ਇਹ ਮਿਸ਼ਰੀ ਖਾਣੀ ਆਲਰੇਡੀ ਖਾ ਲਿਆ ਹੁਣ ਮਿਸ਼ਰੀਆਂ ਖਾਣੀਆਂ ਸ਼ੁਰੂ ਕਰਦੇ ਹਾਂ ਅਸੀਂ ਮੈਂ ਵੀ ਸਾਰੇ ਬੰਦੇ ਲਾ ਦਿੱਤੇ ਆਪਾਂ ਹੁਣ ਮੈਂ ਚੱਲਿਆ ਘਰ ਨੂੰ ਮੈਂ ਮਿਸ਼ਰੀ ਖਾਨ ਤਾਂ ਜਾਣ ਲਿਆ ਮੈਂ ਵੀ ਆਪਣੀ ਵੀ ਰਿਕਾਰਡਿੰਗ ਕੀਤੀ ਮੈਂ ਆਪਣੀ ਪਹਿਲੀ ਵਾਰੀ ਐਰਕੀ ਨਾ ਗਾਣਾ ਮੈਂ ਗਾਇਆ ਆਵਾਜ਼ ਮੇਰੀ ਆਵਾਜ਼ ਬਹੁਤ ਭਾਰੀ ਆਈ ਗਾਣੇ ਦੇ ਵਿੱਚ ਅਤੇ ਧੂਤੀ ਦੀ ਆਵਾਜ਼ ਆਈ ਪਤਲੀ ਜਿੱਦਾਂ ਨਾ ਜਸ ਮਾਣਕ ਗਾਉਂਦਾ ਹੁੰਦਾ ਨਾ ਪਤਲੀ ਜਿਹੀ ਆਵਾਜ਼ ਉੱਦਾਂ ਦੀ ਉਹਦੀ ਆਈ ਆ ਮੇਰੀ ਆਵਾਜ਼ ਜਿੱਦਾਂ ਆ ਜਿੱਦਾਂ ਵਿੱਚ ਡਾਇਲੋਗ ਡੂਲਿਕ ਨਹੀਂ ਬੋਲਦੇ ਹੁੰਦੇ ਜਿੱਦਾਂ ਉਹ ਹਨੇਰੀ ਕਰਨ ਦਿਆਂ ਹਨੇਰੀ ਨਾ ਦੌੜਾ ਹੋਣਾ ਬਾਹਰ ਨੂੰ ਇਹ ਚੱਕਰ ਆ ਸਾਡੇ ਲੱਗ ਗਈ ਆ ਇਹ ਇਹਨਾਂ ਦਾ ਮੁੰਡਿਆਂ ਨੇ ਸਟੂਡੀਓ ਬਣਾਇਆ ਹੋਇਆ ਆ ਰਿਹਰਸਲ ਰਿਹਰਸਲ ਵਧੀਆ ਹੋ ਜਾ ਕਰਨੀ ਹੁਣ ਹਫ਼ਤਾ 10 ਦਿਨ ਅਤੇ ਵਧੀਆ ਸਿਸਟਮ ਸੈੱਟ ਹੋ ਜਾਣਾ ਓਕੇ ਸਿਆਲਾਂ ਦੇ ਵਿੱਚ ਨਾ ਗਾਣਾ ਕਰ ਲੈਣਾ ਆਪਾਂ ਤਾਂ ਕਿਉਂਕਿ ਆਪਣੇ ਬੰਦੇ ਸਾਰੇ ਬਾਹਰੋਂ ਆਉਣ ਵਾਲੇ ਆ ਉਹਨਾਂ ਨੂੰ ਵੀ ਵਿੱਚ ਗਾਣੇ ਦੇ ਲਵਾਂਗੇ ਨਾ ਫਿਰ ਜੇ ਜੀਪਾਂ ਖੜੀਆਂ ਕਰਾਂਗੇ ਤਾਂ ਮੈਂ ਧੂਤੀ ਨੂੰ ਜ਼ੋਰ ਲਾਉਂਦੇ ਮੈਂ ਕਿਹਾ ਛੇਤੀ ਛੇਤੀ ਗਾਣਾ ਆਪਾਂ ਰਿਕਾਰਡ ਕਰ ਲਈਏ ਕੱਢਾਂਗੇ ਉਦੋਂ ਜਦੋਂ ਉਹਨਾਂ ਨੇ ਆ ਜਾਣਾ ਹਨੇਰੀ 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 ਆ ਗਿਆ ਹਨੇਰੀ ਜੀ ਹਨੇਰੀ ਜੀ ਉਹ ਬਸ 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 ਬਾਹਰ ਆਉਂਦੇ ਮੈਨੂੰ ਇੰਨੀ ਖਾਣ ਨੂੰ ਕੁਛ ਅੱਧੀ ਰਾਤ ਨੂੰ ਮੈਂ ਰੋਟੀ ਪਾਣੀ ਨੂੰ ਮੈਂ ਪਾ ਗਿਆ ਸੀ ਹੈਂ ਯਾਰ ਗਾਣਾ ਗਾਉਣਾ ਵੀ ਕਲਾ ਆ ਇੱਕ ਹੈ ਨਾ ਜਦੋਂ ਗਾਉਂਦੇ ਸੀ ਜਦੋਂ ਹੱਸਦੇ ਸੀਗੇ ਜਦੋਂ ਗਲਤ ਗਾਇਆ ਜਾਂਦਾ ਸੀਗਾ ਅਤੇ ਵਧੀਆ ਮੂੰਹ ਦੀ ਪ੍ਰੈਕਟਿਸ ਹੁੰਦੀ ਰਹਿੰਦੀ ਆ ਜਦੋਂ ਉੱਚੀ ਉੱਚੀ ਬੋਲੀ ਦਾ ਆ ਵਧੀਆ ਆ ਸਿਸਟਮ ਇਹ ਵੀ ਤਾਂ ਹੀ ਸਿੰਗਰਾਂ ਦੀਆਂ ਗੱਲਾਂ ਚਮਕਦੀਆਂ ਹੁੰਦੀਆਂ ਆ ਜਾ ਅੰਦਰ ਨਹੀਂ ਤਾਂ ਮੈਂ ਬਾਹਰ ਕੱਢ ਦੇਣੇ ਤੈਨੂੰ ਆ ਜਾ ਆ ਜਾ ਆ ਜਾ ਸੁਸੂ ਕਰਨਾ ਜਾ ਕਰਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਲਓ ਜੀ ਚੰਗਾ ਜੀ ਫਿਰ ਹੁਣ ਕੱਲ੍ਹ ਨੂੰ ਮਿਲਦੇ ਹਾਂ ਆਪਾਂ ਕੱਲ੍ਹ ਨੂੰ ਆਪਣੀ ਜੀਪ ਨੂੰ ਨਾ ਸਾਰੀ ਨੂੰ ਥਰੜੇ ਪਾਸੇ ਕੋਟਿੰਗ ਮਾਰਨੀ ਆ ਅਤੇ ਇੱਕ ਉਹ ਹੋ ਗਿਆ ਦੂਸਰਾ ਆਪਣਾ ਰੇਂਜ ਰੋਵਰ ਦੀ ਬੈਲਟ ਦਾ ਉਹ ਵੀ ਚੱਕਰ ਜਿਹਾ ਚੱਲੀ ਜਾਂਦਾ ਉਹ ਵੀ ਤੁਹਾਨੂੰ ਅਪਡੇਟ ਦਊਂਗਾ ਮੈਂ ਇੱਕ ਅੱਧੇ ਦਿਨ ਤੱਕ ਅਤੇ ਬਾਕੀ ਮਿਲਦੇ ਹਾਂ ਹੁਣ ਕੱਲ੍ਹ ਨੂੰ ਰੋਟੀ ਪਾਣੀ ਉਹਨੂੰ ਖਵਾ ਦਿੱਤਾ ਆ ਚੱਲ ਗਿਆ ਫਿਰ ਉੱਧਰਲੇ ਬੰਨੇ ਠੰਡ ਦੇ ਕਰਕੇ ਨਾ ਅੱਜ ਸਵੇਰ ਦਾ ਹੀ ਉਹਦੇ ਵਿੱਚ ਹੀ ਸੁੱਤਾ ਆ ਜਿਹੜਾ ਉਹਦਾ ਘਰ ਜਿਹਾ ਬਣਾਇਆ ਹੈ ਘੱਟ ਵੱਧ ਹੀ ਬਾਹਰ ਨਿਕਲਣ ਦਿਆ ਆ ਅੱਜ ਹੈ ਵੀ ਠੰਡ ਬਹੁਤ ਜ਼ਿਆਦਾ ਆ ਉਹ ਮੜ ਗਿਆ ਵਿੱਚ ਜਾ ਕੇ ਠੰਡ ਆ ਨਾ ਤਾਂ ਕਰਕੇ ਵਾਸੀਆਂ ਮਾਰੀ ਜਾਂਦਾ ਟਰ